ਤੁਸੀਂ ਉਹਨੂੰ ਪਿਆਰ ਨਾਲ ਸਵੀਟੀ ਕਹਿੰਦੇ ਸੀ? ਨਹੀਂ ਸਰ, ਪ੍ਰੀਤੀ ਛੋਟਾ ਨਾਮ ਸੀ। ਪ੍ਰੀਤੀ ਨਾ ਕਿ ਸਵੀਟੀ। ਸੋ ਪ੍ਰੀਤੀ ਨੇ ਉਹ ਪ੍ਰੀਤਾ ਕਿਤੇ ਹੋਰ ਪਾ ਲਈਆਂ? ਕੀਤਾ ਸੀ ਸਭ ਤੋਂ ਪਹਿਲਾਂ ਆਪਣੀ ਲਪੇਟ ਵਿੱਚ ਲਿਆ ਸੀ ਜਾਂ ਉਹਦਾ ਮਨ ਮੋਹ ਲਿਆ? ਉਸ ਟਾਈਮ ਤਾਂ ਜੀ ਦੋਹਾਂ ਨੇ ਕੀਤਾ ਸੀਗਾ ਸਰ, ਮਤਲਬ ਇੱਕ ਦੂਜੇ ਨੂੰ ਲਵ ਕਰਨ ਲੱਗ ਗਏ ਜੀ। ਤੁਸੀਂ ਲਵ ਕਰਕੇ ਆਇਆ, ਬੈਡ ਬੋਏ। ਸੋ ਲਵ ਤੁਸੀਂ ਵਿਆਹ ਤੋਂ ਪਹਿਲਾਂ ਕਰ ਦਿੱਤਾ ਲਵ ਜਾਂ ਵਿਆਹ ਵਾਲੇ ਦਿਨ ਕੀਤਾ? ਉਹ ਮਤਲਬ ਉਹ ਤਾਂ ਜੀ ਫਿਰ ਮਤਲਬ ਕੀਤਾ ਜਿਹੜਾ ਲਵ ਆ ਜੀ। ਮੈਨੂੰ ਕੀ ਪਤਾ, ਆਈ ਐਮ ਨਾਟ ਦੇਅਰ। ਮੇਰੇ ਕਹਿੰਦੇ ਮਾੜਾ ਤੁਸੀਂ ਆਪਸ ਵਿੱਚ ਹੀ ਜਿਹੜਾ ਰਿਲੇਸ਼ਨ ਹੈ ਉਹ ਆਇਆ। ਹਾਂਜੀ ਹਾਂਜੀ, ਤੁਹਾਨੂੰ ਸੰਕੋਚ ਕਰਨਾ ਚਾਹੀਦਾ ਸੀ ਮੇਰੇ ਤੋਂ, ਪਰ ਉਹਨੇ ਗੱਲੇ ਇਹੋ ਜਿਹੀ ਕਹਿਤੀ ਸਰ, ਮਤਲਬ ਮਿਸਟੇਕ ਹੋ ਗਈ ਇਹ। ਔਰ ਤੁਸੀਂ ਮਾਫੀ ਮੰਗਦੇ ਹੋ? ਹਾਂਜੀ ਮੈਂ ਮਾਫੀ ਮੰਗ ਰਿਹਾ ਜੀ। ਤੁਸੀਂ ਕਹੋਗੇ ਕਿ ਤੈਨੂੰ ਪਿਆਰ ਕਰਦਾ, ਉਹ ਕਹਿੰਦੇ ਕਿ ਕੰਨ ਫੜ ਕੇ ਗਲਤੀਆਂ ਮੰਨੋ। ਮੈਂ ਮੁਰਗਾ ਬਣ ਕੇ ਗਲਤੀ ਮੰਨਦਾ ਨੀ। ਓ ਮਾਈ ਗੋਡ, ਮੁਰਗਾ ਨੀ ਬਣਨਾ ਤੁਸੀਂ, ਨਾ ਮੁਰਗੀ ਬਣਨਾ ਆ। ਸੋ ਮੁਰਗੇ ਦਾ ਮਤਲਬ ਕੀ ਕਿ ਮੁਰਗਾ ਕਿਸ ਤਰ੍ਹਾਂ, ਮੁਰਗਾ ਕਿਸ ਤਰ੍ਹਾਂ? ਇਹ ਤਾਂ ਇਹੀ ਦੱਸ ਸਕਦੇ ਕਿ ਬੰਨੂ ਫਿਰਦੇ ਨੇ ਮੁਰਗਾ ਕਿਵੇਂ ਕਿਸ ਤਰ੍ਹਾਂ ਮਾਰ ਕੇ ਤੁਸੀਂ ਬੈਠ ਕੇ ਬੈਠ ਕੇ ਲੱਤਾਂ ਥੱਲੇ ਕੰਨ ਫੜਾਈਦੇ ਆ। ਸੋ ਅਸੀਂ ਚਾਹੁੰਦੇ ਆ ਕਿ ਆਓ, ਤੁਸੀਂ ਮੁਰਗਾ ਬਣਨਾ ਚਾਹੁੰਦੇ ਹੋ ਔਰ ਤੁਸੀਂ ਮੁਰਗਾ ਬਣ ਸਕਦੇ। ਫਰੈਂਡ ਤੁਹਾਡਾ ਮੈਰਿਡ ਹੈ ਜਾਂ ਅਨਮੈਰਿਡ ਆ? ਬੋਏਫ੍ਰੈਂਡ ਨਹੀਂ ਹੈਗਾ ਸਰ, ਮੇਰਾ ਫਰੈਂਡ ਹੈ ਉਹ। ਓਕੇ, ਮਰਿਆ ਨੀਂਗਾ ਹੁਆਕੜਿਆ ਤੁਹਾਡੀ ਗੱਲ ਉਹ ਹੈ, ਮਰਿਆ ਨੀਂਗਾ ਹੁਆਕੜਿਆ ਤੁਹਾਡੀ ਗੱਲ ਉਹ ਹੈ। ਸੋ ਤੁਸੀਂ ਹੋਲਡ ਔਨ, ਤੁਸੀਂ ਮਰ ਦੋ, ਤੁਹਾਨੂੰ ਪਤਾ ਹੋਣਾ ਚਾਹੀਦਾ ਤੁਹਾਡਾ ਵਿਆਹ ਹੋਇਆ, ਤੁਹਾਡਾ ਵਿਆਹ ਪਹਿਲਾਂ ਹੋਇਆ, ਤੁਹਾਡੀ ਵਾਈਫ ਦਾ ਪਹਿਲਾਂ ਵਿਆਹ ਹੋਇਆ? ਇਕੱਠਿਆਂ ਦਾ ਹੋਇਆ ਨਹੀਂ ਵਿਆਹ। ਨਹੀਂ ਵਿਆਹ ਤਾਂ ਇਕੱਠੇ ਨੇ। ਉਹ ਕਮਾਲ ਦੀ, ਕਮ ਔਨ ਬੇਬੀ, ਸਟਾਪ ਇਟ ਨਾਓ ਸਰ। ਮੇਰਾ ਸਵਾਲ ਇਹ ਹੈ, ਵਿਆਹ ਤਾਂ ਇਕੱਠੇ ਨੇ ਹੋਣਾ, ਪਰ ਵਿਆਹ ਤੁਹਾਡਾ ਤੇ ਇਹ ਦੋਨਾਂ ਦਾ, ਤੁਹਾਡਾ ਪਹਿਲਾ ਵਿਆਹ ਆ, ਇਹਨਾਂ ਦਾ ਵਿਆਹ, ਤੁਹਾਡਾ ਪਹਿਲਾ ਵਿਆਹ ਆ? ਤੁਹਾਨੂੰ ਕੋਈ ਜਜਮੈਂਟ ਨਹੀਂ ਆਈ ਕਿ ਤੁਹਾਡੀ ਵਾਈਫ ਜਿਹੜੀ ਆ, ਔਰ ਇਹਨੇ ਕਈ ਵਾਰੀ ਔਰਤ ਦੱਸਦੀ ਹੈ ਕਿ ਹਾਂ ਮੈਂ ਪਹਿਲਾਂ ਕਿਸੇ ਦੇ ਨਾਲ ਹੋਰ ਵਿਆਹ ਕਰਾਉਣਾ ਚਾਹੁੰਦੀ ਸੀ, ਕੋਈ ਇਸ ਤਰ੍ਹਾਂ ਦੀ ਗੱਲ ਸਾਂਝੀ ਕੀਤੀ ਆ? ਨਹੀਂ ਜੀ ਨਹੀਂ, ਇਹ ਕੋਈ ਰਿਲੇਸ਼ਨ ਨਹੀਂ ਸੀ ਕੋਈ ਗੱਲ, ਸਾਨੂੰ ਕਿਸੇ ਦਾ ਪਤਾ ਨਹੀਂ ਰਿਲੇਸ਼ਨ। ਹਾਊ ਡੂ ਯੂ ਨੋ? ਤੈਨੂੰ ਉੱਪਰ ਕਮਰੇ ਵਿੱਚ ਰਵਾਂ, ਇਕੱਲੇ ਕਮਰੇ ਵਿੱਚ ਛੱਡ ਕੇ ਆਈ ਆ ਜਾਂ ਥੱਲੇ ਉਤਾਰ ਦਿੱਤਾ? ਨਹੀਂ, ਕਮਰੇ 'ਚ ਛੱਡ ਕੇ, ਕਮਰੇ 'ਚ ਛੱਡ ਕੇ ਆਈ ਆ, ਬਸ ਨਾਲ ਹੀ ਛੱਡ ਕੇ, ਨਾਲ ਹੀ ਆ ਕੇ ਬਾਹਰ ਕਹਿੰਦੀ ਮੈਂ ਕਿਹਾ ਰੋਟੀ ਪਾਣੀ, ਕਹਿੰਦੀ ਮੈਂ ਭੇਜ ਦਊਂਗੀ। ਅੱਛਾ, ਨਹੀਂ ਤੁਹਾਨੂੰ ਜਿਸ ਕਮਰੇ 'ਚ ਬੈਠੀ ਆ, ਤੁਸੀਂ ਉਹਨੂੰ ਫੜ ਕੇ ਬਾਹੋਂ ਬਿਠਾਇਆ ਆਪਣੇ ਨਾਲ ਜਾਂ ਨਹੀਂ? ਮੈਂ ਕਿਹਾ 2 ਮਿੰਟ ਗੱਲ ਤਾਂ ਕਰਦਾ ਕਿ ਕਹਿੰਦੀ ਨੋ। ਤੂੰ ਟੱਚ ਕੀਤਾ ਉਹਨੂੰ? ਨੋ, ਚਲੀ ਗਈ ਜੀ ਉੱਥੋਂ। ਨਹੀਂ ਤੂੰ ਹੱਗ ਕੀਤਾ ਨਹੀਂ ਬਿਲਕੁਲ ਹੀ? ਨਹੀਂ, ਮੈਂ ਇਹਨੂੰ ਫੜ ਕੇ ਬਿਠਾਇਆ, ਮੈਂ ਕਿਹਾ ਫੜ ਕੇ ਬਹਿ ਇੱਥੇ 2 ਮਿੰਟ ਗੱਲ ਤਾਂ ਫੋਨ, ਕਹਿੰਦੀ ਨੋ। ਤੂੰ ਉਹਨੂੰ ਕਿਸ ਵਗੈਰਾ ਨਹੀਂ ਕੀਤਾ? ਨੋ ਸਰ, ਨੋ, ਬਿਕਸ ਕਿਸ ਕਰਨਾ ਕੋਈ ਮਾੜੀ ਗੱਲ ਨਹੀਂ, ਤੇਰੀ ਵਾਈਫ ਹੈ, ਅਸੀਂ ਭੈਣਾਂ ਭਰਾਵਾਂ ਨੂੰ ਵੀ ਕਿਸ ਕਰਦੇ ਹਾਂ, ਜਦੋਂ ਅਸੀਂ ਮਿਲਦੇ ਹਾਂ ਅਸੀਂ ਮਾਮਿਆਂ ਤਾਇਆ ਚਾਚੀਆਂ ਭੈਣਾਂ ਭਤਾਵਾਂ ਭਤੀਜਿਆਂ ਨੂੰ ਵੀ ਕਿਸ ਕਰਦੇ ਹਾਂ, ਅਸੀਂ ਮੱਥਾ ਚੁੰਮਦੇ ਹਾਂ, ਬੈਠੀ ਕੋਲ ਅਸੀਂ ਹੱਗ ਕਰਦੇ ਹਾਂ, ਅਸੀਂ ਬੱਕੜੇ ਗਲਵੱਕੜੀ 'ਚ ਲੈਂਦੇ ਹਾਂ, ਭਾਵੇਂ ਕੋਈ ਰਿਸ਼ਤਾ ਹੋਵੇ। ਠੀਕ ਹੈ ਜੀ, ਤਾਂ ਤੁਹਾਨੂੰ ਉਹਨੇ ਗਲਵੱਕੜੀ 'ਚ ਲਿਆ ਨੀ ਨਾ ਲੈਣ ਦਿੱਤਾ? ਨੋ ਨੋ, ਅੱਜ ਕੱਲ੍ਹ ਇੱਕ ਉਹ ਟ੍ਰੈਂਡ ਜਿਹਾ ਵੀ ਚੱਲਦਾ, ਉਹ ਜਦੋਂ ਕੋਈ ਏਅਰਪੋਰਟ ਤੇ ਨਵਾਂ ਆਉਂਦਾ ਕੋਈ ਘਰ ਵਾਲੀ, ਉਹ ਫੁੱਲ ਜਿਹੇ ਲੈ ਕੇ ਜਾਂਦੀ, ਉਹ ਗਾਣਾ ਜਿਹਾ ਵੀ ਲਾਉਂਦੇ, ਜਿੰਦ ਮਾਈ ਮੁਲਾਕਾਤ ਜਦ ਹੋਣੀ ਗੱਲ ਬੱਕੜੀ ਪਾਉਣੀ, ਉਹ ਗਾਣਾ ਜਿਹਾ ਲਾਇਆ ਫਿਰ ਉਹਨਾਂ ਨੇ? ਕੁਛ ਨੀ ਜੀ, ਬਸ ਮੈਨੂੰ ਫੋਨ ਆਇਆ, ਮੈਂ ਗੱਡੀ ਜਾਣ ਗਏ, ਗੱਡੀ 'ਚ ਬੈਗ ਰੱਖੇ, ਬੈਰੀ ਬੈਗ ਰਖਾਏ ਨਾਲ, ਤੇ ਬੈਗੇ ਮੈਂ ਹਾਲ ਚਾਲ ਪੁੱਛਿਆ, ਬਸ ਠੀਕ ਆ ਜੀ। ਨਹੀਂ ਤੁਹਾਨੂੰ ਫੁੱਲ ਵਗੈਰਾ ਲੱਗ ਗਏ ਸੀ? ਫੁੱਲ ਲੱਗ ਗਏ? ਕੁਛ ਨੀ ਜੀ। ਆਈ ਸੀ, ਫੁੱਲਾਂ ਦੀ ਬਜਾਏ ਕੰਡੇ ਲੈ ਕੇ ਗਈ ਆ, ਜਿਹੜੇ ਖਿਲਾਰ ਦੀ ਗਈ ਆ, ਇਹ ਇਹਨਾਂ ਕੰਡਿਆਂ ਉੱਪਰ ਦੀ ਇਹਨੂੰ ਤੁਰਨਾ ਪੈਣਾ ਆ। ਮਾਤਾ ਜੀ ਫਿਕਰ ਨਾ ਕਰੋ, ਜਦੋਂ ਇੰਡੀਆ ਆਊਗੀ ਜੇਲ ਇਹਨੇ ਜਾਣਾ ਆ,
ਇਹ ਜੇਲ ਜਾਣਾ ਆ ਉਹ ਜਿਹੜੀ ਜੇਲ ਜਿੱਥੇ ਬੈਠਾ ਆ ਉਹ ਆਪਣੇ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਕੀ ਨਵਜੋਤ ਸਿੱਧੂ ਉਸ ਕੋਠੜੀ ਚ ਨਹੀਂ ਜਾਣਾ ਆ, ਫਿਕਰ ਨਾ ਕਰੋ, ਬਸ ਪੀਆਰ ਕਰਾ ਦੇ ਜੀ, ਹੋਰ ਨਹੀਂ ਕੁਛ, ਡੋਂਟ ਵਰੀ ਪੀਆਰ, ਤੁਸੀਂ ਗੁਰਿੰਦਰ ਵੇਟ ਕਰੋ। ਇਸ ਦੇਸ਼ ਦਾ ਕਾਨੂੰਨ ਜਿਹੜਾ ਬਹੁਤ ਵਧੀਆ ਆ, ਇਸ ਦੇਸ਼ ਦੇ ਵਿੱਚ ਤੁਹਾਨੂੰ ਕੋਈ ਵੀ ਕੱਢ ਨਹੀਂ ਸਕਦਾ, ਇੱਥੇ ਤੱਕ ਕਿ ਕਿਸੇ ਕੋਈ ਪਾਵਰ ਨਹੀਂ ਹੈ। ਠੀਕ ਆ ਜੀ, ਕਾਨੂੰਨ ਜਿਹੜਾ ਆ ਇੱਥੋਂ ਦੇ ਇਮੀਗ੍ਰੇਸ਼ਨ ਅਫਸਰ ਸਾਹਿਬਾਨ ਜਿਹੜੇ ਨੇ ਬੜੇ ਸੂਝਵਾਨ ਨੇ, ਉਹ ਕਿਸੇ ਨੂੰ ਪ੍ਰੈਸ਼ਰ ਨਹੀਂ ਚੱਲਦੇ। ਡਜ਼ਨਟ ਮੈਟਰ ਕਿ ਕੁੜੀ ਨੂੰ ਕੋਈ ਐਮ ਪੀ ਜਾਣਦਾ ਹੋਵੇ, ਚਾਹੇ ਐਮ ਪੀ ਇੱਥੇ ਲੇਡੀਜ਼ ਉਹ ਜਾਣਦੀ ਹੋਣ, ਚਾਹੇ ਕੋਈ ਇਹਨੂੰ ਮੰਤਰੀ ਜਾਣਦਾ ਹੋਵੇ, ਡੋਂਟ ਵਰੀ ਅਬਾਊਟ ਇਟ। ਇਹ ਸਾਡਾ ਕੈਨੇਡਾ ਦੇਸ਼ ਹੁਣ ਤਾਂ ਇੰਡੀਆ ਵਿੱਚ ਵੀ ਬਣ ਗਿਆ ਹੈ, ਕੋਈ ਕੇਅਰ ਕਾਨੂੰਨ ਜਿਹੜਾ ਸਭ ਤੋਂ ਉੱਪਰ ਹੈ, ਤੁਸੀਂ ਦੇਖਦੇ ਜਾਓ ਕੀ ਹੁੰਦਾ ਆ। ਹੋ ਸਕਦਾ ਕਿ ਤੁਹਾਨੂੰ ਇਮੀਗ੍ਰੇਸ਼ਨ ਵਾਲਾ ਪਹਿਲਾਂ ਇਮੀਗ੍ਰੇਸ਼ਨ ਦੇ ਦੇਵੇ, ਤੈਨੂੰ ਡਿਪੋਰਟ ਕਰ ਦੇਵੇ, ਤੇਰਾ ਇਹਦਾ ਕੈਂਸਲ ਹੋਣਾ ਪਾਸਪੋਰਟ ਬਿਕੋਜ਼ ਸ਼ੀ ਡਿਡ ਫਰਾਡ। ਬਾਕੀ ਗੁਰਿੰਦਰ ਜੀ ਜੋ ਹੁੰਦਾ ਚੰਗੇ ਨੂੰ ਹੀ ਹੁੰਦਾ, ਹੋ ਸਕਦਾ ਤੁਹਾਨੂੰ ਉਹ ਬੇਸਮੈਂਟ 'ਚ ਲੈ ਜਾਂਦੀ, ਕਾਰਨ ਕੱਢਣ ਨੂੰ ਕੁਝ ਨਾ ਹੁੰਦਾ ਤੁਹਾਡੇ ਤੋਂ, ਪਰ ਤੁਹਾਡੇ 'ਤੇ ਅਗਲੇ ਦਿਨ ਸੈਕਸੁਅਲ ਅਸੌਲਟ ਦੇ ਚਾਰਜ ਜ਼ਰੂਰ ਲੱਗ ਜਾਣੇ ਸੀਗੇ, ਪਰ ਉਹਦੇ 'ਚ ਤੁਹਾਡਾ ਬਚਾਅ ਹੋ ਗਿਆ। ਅੱਛਾ ਮੈਂ ਪ੍ਰੋਸੀਡ ਕਰ ਰਿਹਾ ਕੁਛ ਮਿੰਟ ਰਸਿੰਦਰ ਸਾਹਿਬ, ਅੱਛਾ ਤੁਹਾਨੂੰ ਉਹ ਛੱਡ ਕੇ ਚੱਲ ਜਾਂਦੀ ਹੈ, ਤੁਹਾਡੇ ਕੋਲ ਇੱਕ ਮਿੰਟ ਤੁਸੀਂ ਉਹਨੂੰ ਫੜ ਕੇ ਬਿਠਾਇਆ ਉਹਨੂੰ? ਨਹੀਂ ਮੈਂ ਬਿਠਾਇਆ ਨਹੀਂ, ਬੈਠੀ ਬਸ ਚੱਲ ਗਈ। ਮੈਂ ਤੈਨੂੰ ਕੋ ਪਾਣੀ ਵੀ ਨਹੀਂ ਦੇ ਗਈ, ਫੋਕਾ ਪਾਣੀ ਵੀ ਨਹੀਂ ਪਿਲਾਇਆ? ਕੁਛ ਨਹੀਂ, ਬਾਅਦ ਚ ਦੋ ਨਾਲ ਹੀ 10-15 ਮਿੰਟਾਂ ਬਾਅਦ ਇਹਨੇ ਪਾਰਸਲ ਭੇਜ ਦਿੱਤਾ ਸੀ ਹੋਟਲ ਚੋਂ। ਹੋਟਲ ਚੋਂ ਪਾਰਸਲ ਕਿਹੜੇ ਭੇਜਿਆ? ਰੋਟੀ ਪਾਣੀ ਦਾ, ਜਿੱਦਾਂ ਬਰਗਰ ਬੁਰਗਰ ਮਾੜਾ ਮੋਟਾ ਕੁਛ ਖਾਣ ਨੂੰ ਜੀ। ਇਦਾਂ ਅੱਛਾ, ਉਹ ਆਪ ਨਹੀਂ ਕਹਿਣਾ ਜੀ? ਪੂਰੀ ਖੁਸ਼ ਸੀਗੀ, ਹੈਪੀ ਸੀ ਤੇਰੇ ਤੋਂ? ਹਾਂਜੀ ਹਾਂਜੀ ਸਰ, ਬਾਅਦ ਚ ਵੀ ਆਈ ਆ ਇਹ। ਨਹੀਂ ਫਿਜ਼ੀਕਲੀ, ਫਿਜ਼ੀਕਲੀ ਤੁਹਾਡਾ ਰਿਲੇਸ਼ਨ ਠੀਕ ਸੀ? ਹਾਂਜੀ ਹਾਂਜੀ, ਪੂਰੇ ਪ੍ਰੋਪਰ ਤੁਸੀਂ? ਬਿਲਕੁਲ ਠੀਕ ਸੀ ਹਾਂਜੀ। ਓਕੇ, ਇਹਦੀ ਏਜ ਕਿੰਨੀ ਆ? ਲੜਾਈ ਦਾ ਕਾਰਨ ਬਣਿਆ ਨਾ ਉਹ ਆ ਪੀ ਆਰ ਕੈਨੇਡਾ ਦੀ, ਪੀ ਆਰ ਕੈਨੇਡਾ ਦੀ ਉਹਨਾਂ ਚੱਕ ਕਲੀਅਰ ਨਹੀਂ ਹੋਣੀ ਜਿੰਨਾ ਚੱਕ ਮੁੰਡਾ ਪੀ ਸੀ ਸੀ ਨਹੀਂ ਦਿੰਦਾ। ਠੀਕ ਆ, ਕਹਿੰਦੀ ਕਿ ਪੀ ਸੀ ਸਾਡਾ ਕੈਂਸਲ ਹੋ ਗਿਆ, ਪਰਚਾ ਕੈਂਸਲ ਹੋ ਗਿਆ ਕੋਈ ਚੱਕਰ ਨਹੀਂ, ਪੁਲਿਸ ਨੇ ਕਰਤਾ ਕੈਂਸਲ ਕਰਤਾ, ਪਰ ਅਦਾਲਤ ਦੇ ਵਿੱਚ ਉਹ ਕੈਂਸਲ ਹੋਣਾ ਬਾਕੀ ਆ। ਜਿੰਨਾ ਚੈੱਕ ਅਦਾਲਤ ਉਹ ਨਹੀਂ ਦਿੰਦੀ ਉਹਨਾਂ ਚੈੱਕ ਇਹ ਮੁੰਡੇ ਦੀ ਪੀਸੀਸੀ ਨਹੀਂ ਕਲੀਅਰ ਹੋਣੀ। ਉਹਨਾਂ ਕੋਲ ਇੱਕੋ ਹੀ ਰਸਤਾ ਕਿ ਇਹ ਮੁੰਡੇ ਤੋਂ ਖੜਾ ਛਡਾਇਆ ਜਾਵੇ, ਡਿਵੋਰਸ ਲੈ ਕੇ ਤੇ ਬਸ ਸਾਡੀ ਕੁੜੀ ਨੂੰ ਪੀਅਰ ਹੋ ਜੇ, ਆਹ ਮੈਟਰ ਹੈ ਨਾ। ਨਹੀਂ ਉਹ ਤਾਂ ਠੀਕ ਹੈ, ਅਸੀਂ ਮੰਨਦੇ ਹਾਂ, ਪਰ ਇਹ ਤਾਂ ਨਹੀਂ ਮੈਟਰ ਤੁਸੀਂ ਵਿਆਹ ਕਰਾਇਆ, ਚਾਰ ਲਾਮਾਂ ਲਈਆਂ, ਵਿਆਹ ਕਰਾਇਆ ਦੇਖੋ ਜੀ, ਰੁਲ ਗਈ ਹੋਟਲ 2 ਸਾਲ 3 ਸਾਲ ਹੋ ਗਏ ਪਹਿਲਾਂ। ਮਾਤਾ ਨੂੰ ਇਹ ਚੀਜ਼ ਦੱਸੋ ਜਿਹੜਾ ਪਰਚਾ ਹੋਇਆ ਸੀ ਇਹ ਕਾਹਦਾ ਹੋਇਆ ਜੀ, 420 ਦਾ ਹੋਇਆ ਕਾਹਦਾ ਹੋਇਆ? ਨਹੀਂ ਤਕਸੀਮ ਦਾ, ਜ਼ਮੀਨ ਦੀ ਤਕਸੀਮ ਦਾ ਇਹਨਾਂ ਰੌਲਾ ਪਿਆ? ਨਹੀਂ ਤਕਸੀਮ ਦਾ ਨਹੀਂ ਸਰ, ਤਕਸੀਮ ਦਾ ਨਹੀਂ, ਨਹੀਂ ਨਹੀਂ ਦੱਸੋ, ਤਕਸੀਮ ਦਾ ਨਹੀਂ ਹੈ, ਲੜਾਈ ਝਗੜੇ ਦਾ ਹੈ, ਤਕਸੀਮ ਦਾ ਪਿਆ ਜੀ, ਤਕਸੀਮ ਦਾ ਨਹੀਂ, ਤਕਸੀਮ ਦਾ ਪਰਚਾ ਕਾਹਦਾ, ਮੈਂ ਹੁਣੇ ਸੈਂਡ ਕਰਾਂ, ਕਰਾਂ ਸੈਂਡ? ਨਹੀਂ ਮਾਤਾ ਜੀ ਮੇਰੀ ਗੱਲ ਸੁਣੋ, ਤੁਹਾਡੇ ਮੁੰਡੇ ਤੇ 420 ਧਾਰਾ ਲੱਗੀ ਆ, ਉਹਨੇ ਨਾਲ ਖਾਏ ਤੇ ਮੁੰਡਿਆਂ ਨੂੰ ਇਹਨਾਂ ਨੇ ਬਾਹਰ ਜਾਣਾ। ਹਾਂਜੀ ਇਹਦੇ ਧਾਰਾ ਲੱਗੀ ਹੋਈ ਆ ਜੀ, ਧਾਰਾ ਲੱਗੀ ਹੋਈ ਆ ਧਾਰਾ, ਜੇ ਮੇਰੀ ਗੱਲ ਸੁਣੋ, ਪੁਲਿਸ ਜਦੋਂ ਪਰਚਾ ਕੱਟ ਦਿੰਦੀ ਆ ਪੁਲਿਸ ਉਸ ਮਾਮਲੇ ਚੋਂ ਨਿਕਲ ਜਾਂਦੀ ਆ। ਇਹੋ ਹੀ ਗੱਲ ਸਰ, ਇਹੋ ਹੀ ਗੱਲ ਕਹੀ ਆ ਉਹਨਾਂ ਨੇ, ਜਦੋਂ ਪੀਸੀਸੀ ਅਸੀਂ ਦਿੱਤੀ ਅਪਲਾਈ ਕੀਤੀ ਆ, ਉਹ ਕਹਿੰਦੇ ਅਦਾਲਤ ਚੋਂ ਲਿਆਓ ਜੀ,
ਤੁਹਾਡੀ ਧੀ ਨੇ ਜਸਪਾਲ ਕੌਰ ਜੀ ਵਿਆਹ ਤੋਂ ਕਿੰਨੇ ਦਿਨ ਬਾਅਦ ਚ ਕਹਿ